ਸੰਗਰੋਧ ਦੇ ਪਿੰਡ ਮਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਨ ਵੱਲੋਂ ਪੰਚਾਇਤ ਘਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਰਪੰਚ ਕਾਂਤੀ ਮੋਹਨ ਨੇ ਕਿਹਾ ਹੈ ਕਿ ਜੋ ਬੀਡੀਪੀਓ ਫਿਲੌਰ ਨੂੰ ਵਧੇਕ ਮੁੱਖ ਸਕੱਤਰ ਪੰਜਾਬ ਸਰਕਾਰ ਵੱਲੋਂ ਮੁਅੱਤਲ ਕੀਤਾ ਗਿਆ ਉਹ ਬਿਲਕੁਲ ਸਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੀ ਸ਼ਾਮਲਾਟ ਜ਼ਮੀਨ ਦੀ ਬੋਲੀ ਜੋ ਨਿਰਵਿਘਨ ਚੱਲ ਰਹੀ ਸੀ ਬੀਡੀਪੀਓ ਫਿਲੌਰ ਨੇ ਲੈਂਡ ਮਾਫੀਆ ਨਾਲ ਮਿਲ ਕੇ ਇਸ ਬੋਲੀ ਨੂੰ ਰੋਕਣ ਲਈ ਉਹਨਾਂ ਨੂੰ ਬਕਾਇਦਾ ਚਿੱਠੀ ਲਿਖੀ ਅਤੇ ਬੋਲੀ ਰੋਕਣ ਲਈ ਕਿਹਾ ਗਿਆ। ਇਸ ਕਰਕੇ ਉਹਨਾਂ ਦੀ ਮੰਗ ਹੈ ਕਿ ਇਸ ਬੀਡੀਪੀਓ ਫਿਲੌਰ ਰਣਜੀਤ ਸਿੰਘ ਖੱਟੜਾ ਖਿਲਾਫ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਕਮਲ ਮਹਿਮੀ ਪੰਚ ਸਰਬਜੀਤ ਮਹਿਮੀ ਬੂਟਾ ਰਾਮ ਆਦਿ ਹਾਜ਼ਰ ਹੋਏ ਜਿਹਨਾਂ ਆਪਣੇ ਵਿਚਾਰ ਸਾਂਝੇ ਕੀਤੇ। ਫਿਲੌਰ ਤੋਂ ਪ੍ਰੋਪੋਲ ਦੇ ਨਾਲ ਸੁਰਿੰਦਰ ਦੀ ਰਿਪੋਰਟ। ਉਹਦੇ ਇਹ ਜਿਹੜੇ ਸਾਡੇ ਇੱਥੇ ਬੀਡੀਓ ਫਿਲੌਰ ਸਾਹਿਬ ਆ ਉਹ ਕਾਫੀ ਦੇਰ ਤੋਂ ਕਾਨੂੰਨ ਨਾਲ ਲੁਕਾ ਮਿਚੀ ਕਰ ਰਹੇ ਸੀ, ਕਾਨੂੰਨ ਨਾਲ ਖੇਡ ਰਹੇ ਸੀ ਤੇ ਕਾਫੀ ਦਿਨਾਂ ਤੋਂ ਕਾਫੀ ਕੰਪਲੇਂਟਸ ਜਿਹੜੀਆਂ ਸਾਡੇ ਕੋਲ ਵੀ ਆਈਆਂ ਔਰ ਸਾਡੀ ਵੀ ਸ਼ਿਕਾਇਤ ਸੀ ਉਹਨਾਂ ਦੇ ਸੰਬੰਧ ਵਿੱਚ। ਬੀਡੀਓ ਸਾਹਿਬ ਨੇ ਸਾਡੀ ਗ੍ਰਾਮ ਪੰਚਾਇਤ ਮਠੱਡਾ ਕਲਾਂ ਦੀ ਮਾਲਕੀ ਵਾਲੀ ਵਾਹੀਯੋਗ ਜ਼ਮੀਨ ਖਸਰਾ ਨੰਬਰ 646 ਨੂੰ ਲੈਂਡ ਮਾਫੀਆ ਨਾਲ ਮਿਲੀ ਭੁਗਤ ਕਰਕੇ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਸੰਬੰਧੀ ਉਹਨਾਂ ਨੇ ਸਾਨੂੰ ਚਿੱਠੀਆਂ ਵੀ ਲਿਖਤੀ ਜਿਹੜੀਆਂ ਹਦਾਇਤ ਕੀਤੀਆਂ ਸੀ ਕਿ ਤੁਸੀਂ ਬੋਲੀ ਨਾ ਕਰਾਓ, ਲੇਕਿਨ ਬੋਲੀ ਸਾਡਾ ਰਾਈਟ ਸੀ, ਅਸੀਂ ਕਾਨੂੰਨ ਨੂੰ ਪੜ੍ਹਿਆ ਸੀ ਔਰ ਅਸੀਂ ਉਹਦੇ 'ਚ ਬੋਲੀ ਕਰਾਈ ਔਰ ਬੀਡੀਓ ਸਾਹਿਬ ਨੇ ਉਹਨੂੰ ਗੈਰ ਕਾਨੂੰਨੀ ਵੀ ਲੈਂਡ ਮਾਫੀਆ ਨਾਲ ਮਿਲੀ ਭੁਗਤ ਕਰਕੇ ਜਿਹੜਾ ਹੈ ਸਾਨੂੰ ਪ੍ਰਾਈਵੇਟ ਲੋਕ ਹੁੰਦੇ ਆ ਉਹਨਾਂ ਨਾਲ ਮਿਲੀ ਭੁਗਤ ਕਰਕੇ ਪੰਚਾਇਤਾਂ ਨੂੰ ਏਦਾਂ ਦੀ ਮਾਨਸਿਕਤਾ ਵਾਲੇ ਬੀਡੀਓ ਸਾਹਿਬ ਜਿਹੜੇ ਆ ਉਹ ਖੱਜਲ ਖਰਾਬ ਕਰਦੇ ਆ ਤੇ ਇਹਦੇ ਵਿੱਚ ਸਾਡੀ ਵੀ ਬੋਲੀ ਇਹਨਾਂ ਨੇ ਰੁਕਵਾਉਣ ਦੀ ਕੋਸ਼ਿਸ਼ ਕੀਤੀ, ਚਿੱਠੀਆਂ ਵੀ ਦਿੱਤੀਆਂ ਲਿਖਤੀ। ਅਸੀਂ ਉਹਦੇ ਸੰਬੰਧੀ ਇੱਕ ਡਿਵੀਜ਼ਨਲ ਡੈਪਟੀ ਡਾਇਰੈਕਟਰ ਸਾਹਿਬ ਨੂੰ ਦਰਖਾਸਤ ਦਿੱਤੀ ਆ ਸ਼੍ਰੀ ਆਂਗਰਾ ਜੀ ਨੂੰ ਤੇ ਉਹਦੇ 'ਚ ਅਸੀਂ ਪੁਰਜ਼ੋਰ ਇਹ ਜਿਹੜਾ ਸਾਡੇ ਨਗਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਹਦੇ 'ਚ ਤੁਰੰਤ ਜਿਹੜਾ ਐਕਸ਼ਨ ਲੈ ਕੇ FIR ਲਾਂਚ ਕੀਤੀ ਜਾਵੇ ਤਾਂ ਕਿ ਜਿਹੜੇ ਅਫਸਰ ਆ ਇੱਦਾਂ ਅਣਗਹਿਲੀ ਕਰਕੇ ਸਰਕਾਰੀ ਜ਼ਮੀਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ। ਇਹ ਜਿਹੜੇ ਮੌਕੇ ਦੇ ਬੀਡੀਪੀਓ ਸਾਹਿਬ ਸੀਗੇ ਇਹਦਾ ਵੈਸੇ ਹੀ ਸੁਰੱਖਿਆ ਬਜਾਏ ਵੀ ਕਿਸੇ ਕੇਸ ਵਿੱਚ ਮੁਲਤਵ ਕਰ ਦਿੱਤੇ ਗਏ ਗਿਆ, ਉਹ ਵੀ ਕਿਸੇ ਨੂੰ ਫਾਇਦਾ ਪਹੁੰਚਾਉਣ ਦੇ ਚੱਕਰ ਵਿੱਚ ਮੁਲਤਵ ਕੀਤੇ ਹੈਗੇ ਆ ਤੇ ਤੁਸੀਂ ਵੀ ਇਹਨਾਂ ਦੇ ਪਰਚਾ ਦਰਜ ਕਰਨ ਦੀ ਗੱਲ ਕਹਿ ਰਹੇ ਹੋ, ਇਹ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਕਿਤੇ ਸਿਆਸੀ ਰੰਗ ਵੀ ਹੋ ਸਕਦਾ ਕਿਤੇ ਇਸ ਗੱਲ ਵਿੱਚ? ਹਾਂ, ਪੋਲੀਟੀਕਲ ਪ੍ਰੈਸ਼ਰ ਅਧੀਨ ਹੀ ਕਰਦੇ ਸੀ ਉਹ ਹਰ ਗੱਲ ਨੂੰ। ਜੇ ਕੋਈ ਪੰਚਾਇਤ ਵੀ ਜਾਂਦੀ ਸੀ ਜੀ ਤੁਸੀਂ ਪਹਿਲਾਂ ਚੌਧਰੀ ਸਾਹਿਬ ਕੋਲ ਜਾ ਕੇ ਆਓ, ਸਾਨੂੰ ਚੌਧਰੀ ਸਾਹਿਬ ਤੋਂ ਕਹਾਓ, ਆਪਣੇ ਆਪ ਨੂੰ ਵੀਡੀਓ ਤਾਂ ਮੈਨੂੰ ਲੱਗਦਾ ਉਹ ਸਮਝਦੇ ਨਹੀਂ ਸੀ, ਨਾ ਉਹਨਾਂ ਨੂੰ ਮੇਰੇ ਖਿਆਲ ਪਤਾ ਹੀ ਸੀ ਵੀ ਉਹਨਾਂ ਦੀ ਪਾਵਰ ਕੀ ਆ। ਉਹ ਹਮੇਸ਼ਾ ਹੀ ਹਰੇਕ ਪੰਚਾਇਤ ਨੂੰ ਕਹਿੰਦੇ ਸੀ ਵੀ ਤੁਸੀਂ ਚੌਧਰੀ ਸਾਹਿਬ ਕੋਲ ਜਾ ਕੇ ਆਓ ਤੇ ਇਸ ਕਰਕੇ ਮਤਲਬ ਕਿ ਸਾਰਿਆਂ ਨੂੰ ਬਹੁਤ ਬੁਰਾ ਲੱਗਦਾ ਸੀ। ਤਾਂ ਉਹਨਾਂ ਦੀਆਂ ਕੰਪਲੇਂਟਸ ਹੈਗੀਆਂ, ਹੋਰ ਵੀ ਕਈ ਪੰਚਾਇਤਾਂ ਤੋਂ ਉਹਨੇ ਪੈਸਿਆਂ ਦੀ ਮੰਗ ਕੀਤੀ ਆ ਤੇ ਇਸ ਰਿਗਾਰਡਿੰਗ ਅਸੀਂ ਡਿਵੀਜ਼ਨਲ ਡਿਪਟੀ ਡਾਇਰੈਕਟਰ ਸਾਹਿਬ ਨੂੰ ਲਿਖਤੀ ਜਿਹੜੀ ਸ਼ਿਕਾਇਤ ਦਿੱਤੀ ਆ ਤਾਂ ਅਸੀਂ ਇਹ ਚਾਹੁੰਦੇ ਕਿ ਇਹਦੇ ਤੇ ਤੁਰੰਤ ਜਿਹੜੀ ਆ ਕਾਰਵਾਈ ਹੋਵੇ। ਸਾਡੇ ਕੋਲੋਂ ਵੀ ਮੰਗ ਕੀਤੀ ਸੀ ਪੈਸਿਆਂ ਦੀ, ਅਸੀਂ ਨਹੀਂ ਮਤਲਬ ਕਿ ਉਹਨਾਂ ਨੂੰ ਆਲਾ ਟਾਲਾ ਕੀਤਾ ਜਾਂ ਪੈਸੇ ਦੇਣ ਤੋਂ ਮਨਾ ਕੀਤਾ ਤੇ ਫਿਰ ਉਹਨਾਂ ਨੇ ਇਹ ਸਾਨੂੰ ਲਿਖਤੀ ਚਿੱਠੀਆਂ ਜਿਹੜੀਆਂ ਭੇਜੀਆਂ ਜੀ ਹਦਾਇਤ। ਅਸੀਂ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਬੀਡੀਓ ਸਾਹਿਬ ਦੇ ਉੱਤੇ FIR ਲਾਉਣ ਜਿਹੜੀ ਹੈ ਕੀਤੀ ਜਾਵੇ, ਕਿਉਂਕਿ ਉਹ ਜਿਹੜਾ ਹਮੇਸ਼ਾ ਹੀ ਜਿਹੜਾ ਪ੍ਰਾਈਵੇਟ ਲੋਕਾਂ ਦੇ ਹੱਕ ਵਿੱਚ ਜਾਂ ਲੈਂਡ ਮਾਫੀਆ ਦੇ ਹੱਕ ਵਿੱਚ ਭੁਗਤਦੇ ਰਹੇ ਸੀ ਇਹੋ ਜਿਹੇ ਅਫਸਰ। ਪੂਰੇ ਪੰਜਾਬ ਵਿੱਚ